ਇੱਧਰ ਦੇ ਇੰਡੀਅਨ ਉਹਦੇ 'ਚ ਲੱਗੀ ਹੋਣੀ ਨਾ ਨਿਊਜ਼ ਪੇਪਰ 'ਚ। ਗੁੱਡ ਆਫਟਰਨੂਨ ਐਵਰੀਵਨ, ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਹੋਗੇ। ਅੱਜ ਇੱਕ ਬੜਾ ਹੀ ਸਨਸਨੀ, ਬੜਾ ਹੀ ਇੱਕ ਦੁਖਦ ਸਾਡੀ ਨਜ਼ਰ 'ਚ ਸਾਡੇ ਪੰਜਾਬ ਨਾਲ ਜੁੜਿਆ ਹੋਇਆ, ਵਿਦੇਸ਼ ਨਾਲ ਜੁੜਿਆ ਹੋਇਆ, ਖਾਸ ਤੌਰ 'ਤੇ ਕੈਨੇਡਾ ਨਾਲ ਜੁੜਿਆ ਹੋਇਆ, ਜਿੱਥੇ ਸਾਡੀ ਮੈਕਸੀਮਮ ਪੰਜਾਬੀ ਕਮਿਊਨਿਟੀ ਦੇ ਬੱਚੇ ਨੇ, ਜਿੱਥੇ ਪਿੱਛੇ ਵੀ ਬੜੇ ਦਰਦਨਾਕ ਪ੍ਰੋਬਲਮਸ ਹੁੰਦੀਆਂ ਨੇ ਕਿ ਪੇਰੈਂਟਸ ਬੱਚਿਆਂ ਨੂੰ ਭੇਜ ਤਾਂ ਦਿੰਦੇ ਨੇ, ਟਰੱਸਟ ਕਰ ਲੈਂਦੇ ਨੇ, ਔਰ ਜਦੋਂ 12ਵੀਂ ਕਲਾਸ ਤੋਂ ਬਾਅਦ ਮੈਕਸੀਮਮ ਬੱਚਿਆਂ ਨੂੰ ਪੇਰੈਂਟਸ ਦਾ ਇੱਕ ਐਫਰਟਸ ਰਹਿੰਦਾ ਹੈ ਕਿ ਪਿੰਡਾਂ 'ਚ ਹੋਣ ਜਾਂ ਸ਼ਹਿਰਾਂ 'ਚ ਹੋਣ, ਕਿ 12ਵੀਂ ਕਲਾਸ ਤੋਂ ਬਾਅਦ ਕਈ ਬੱਚਿਆਂ ਨੂੰ ਬਾਹਰ ਭੇਜ ਦਿੱਤਾ ਜਾਏ ਸੈਟਲ ਹੋਣ ਲਈ। ਕਈ ਕੇਸ ਮੇਰੇ ਕੋਲ ਵੀ ਨੇ, ਪਿੱਛੇ ਕਈ ਇਹੋ ਜਿਹੇ ਇੰਸੀਡੈਂਟ ਵੀ ਹੋਏ ਬਾਰ ਬਾਰ ਅਵੇਅਰ ਕਰਨ ਤੋਂ ਬਾਅਦ ਵੀ। ਹੁਣ ਇੱਕ ਦੀ ਕੈਨੇਡੀਅਨ ਬਾਜ਼ਾਰ .com ਦੀ ਇੱਕ ਤਾਜ਼ਾ ਰਿਪੋਰਟ ਆਈ ਹੈ, ਜਿਹੜਾ ਹੀ ਬੜਾ ਹੀ ਦੁਖਦ ਹੈ, ਔਰ ਤੁਹਾਡੇ ਸਾਰਿਆਂ ਨਾਲ ਇਹ ਡਿਸਕਸ਼ਨ ਕਰਨਾ ਬਹੁਤ ਜ਼ਰੂਰੀ ਸੀ ਕਿ ਪਿੱਛੇ ਬ੍ਰੈਮਟਨ ਤੋਂ ਆ ਕੇ ਗ੍ਰੇਟਰ ਟੋਰਾਂਟੋ ਵਿੱਚ 18 ਤੋਂ ਲੈ ਕੇ 24 ਸਾਲ ਦੀ ਕੁੜੀਆਂ ਦੀ ਹਿਊਮਨ ਸੈਕਸ ਟ੍ਰੈਫਿਕਿੰਗ ਸ਼ੁਰੂ ਹੋਈ ਹੋਈ ਹੈ, ਜੋ ਕਿ ਬੜੇ ਟਾਈਮ ਤੋਂ ਚੱਲ ਰਹੀ ਹੈ ਕਿ ਔਰ ਇਹ ਲੜਕੀਆਂ ਜੋ ਕਿ ਦੀ ਕੈਨੇਡੀਅਨ ਬਾਜ਼ਾਰ ਨੇ ਲਿਖਿਆ ਹੈ ਕਿ ਇਹ ਜਿਹੜੀਆਂ ਲੜਕੀਆਂ ਨੂੰ ਮਿਸਯੂਜ ਕੀਤਾ ਜਾਂਦਾ ਹੈ ਐਜੂਕੇਸ਼ਨਲ ਕੈਂਪਸ ਤੋਂ, ਸਟਰੀਟ ਕਾਰਨਰਸ ਤੋਂ, ਬੱਸ ਸਟੋਪਸ ਤੋਂ, ਵਰਕ ਪਲੇਸ ਤੋਂ, ਔਰ ਈਵਨ ਰਿਲੀਜੀਅਸ ਪਲੇਸਿਸ ਤੋਂ, ਜਿੱਥੇ ਬੱਚੇ ਜਾਂਦੇ ਨੇ ਜਦੋਂ ਉਹਨਾਂ ਨੂੰ ਕੋਈ ਸਪੋਰਟ ਨਹੀਂ ਮਿਲਦਾ, ਸਹਾਰਾ ਨਹੀਂ ਮਿਲਦਾ, ਇਮੋਸ਼ਨਲੀ ਟੁੱਟੇ ਹੁੰਦੇ ਨੇ ਬੱਚੇ, ਅਤੇ ਉਦੋਂ ਇਹਨਾਂ ਲੜਕੀਆਂ ਨੂੰ ਇੱਕ ਗਰੁੱਪ ਬਣਿਆ ਹੋਇਆ ਸੀ ਜਿੱਥੇ ਉੱਧਰ ਦੀ ਗਵਰਨਮੈਂਟ ਨੇ ਬ੍ਰੈਮਟਨ ਤੋਂ, ਜੋ ਇਸ ਰਿਪੋਰਟ ਵਿੱਚ ਦੱਸਿਆ ਗਿਆ ਕਿ 3 ਲੋਕਾਂ ਨੂੰ ਅਰੈਸਟ ਵੀ ਕੀਤਾ ਗਿਆ, ਔਰ ਜਿਹੜੇ ਉਹ 3 ਆਦਮੀ ਅਰੈਸਟ ਕੀਤੇ ਗਏ, ਉਦੋਂ 3 ਲੜਕੇ ਅਰੈਸਟ ਕੀਤੇ ਗਏ, ਉਹ ਵੀ ਬੜੇ ਅੱਛੀ ਫੈਮਲੀਆਂ ਦੇ ਸੀ, ਔਰ ਉਹ ਲੋਕ 2 ਲੱਖ ਪਰ ਈਅਰ ਡਾਲਰ ਇਹਨਾਂ ਕੁੜੀਆਂ ਦੇ ਥਰੂ ਕਮਾ ਰਹੇ ਸੀ। ਔਰ ਇੱਕ ਮੈਡੀਕਲੀ ਰਿਪੋਰਟ ਵਿੱਚ ਲਿਖਿਆ ਗਿਆ ਕਿ 10 ਤੋਂ 12 ਅਬੋਰਸ਼ਨ ਹਰ ਮਹੀਨੇ ਉੱਥੇ ਹੋ ਰਹੇ ਨੇ, ਜਿਹੜੇ ਕਿ 100% 'ਚੋਂ 85% ਬੱਚੇ ਉਹ ਸਾਡੇ ਪੰਜਾਬ ਦੇ ਨੇ। ਇਹ ਬਹੁਤ ਦੁਖਦ ਹੈ, ਇਹ ਜਿਹੜੀ ਰਿਪੋਰਟ ਹੈ ਇਹ ਇੱਕ ਹਿਲਾਉਣ ਵਾਲੀ ਹੈ ਸਾਡੇ ਪੰਜਾਬ ਵਾਸਤੇ, ਕਿ ਪੇਰੈਂਟਸ ਨੂੰ ਜਾਂ ਤਾਂ ਬੱਚੇ ਸ਼ੇਅਰ ਨਹੀਂ ਕਰਦੇ, ਉੱਧਰ ਜਾ ਕੇ ਜੋ ਸਟ੍ਰੈਸ ਫੇਸ ਕਰ ਰਹੇ ਨੇ, ਉੱਧਰ ਜਾ ਕੇ ਜੋ ਪ੍ਰੋਬਲਮਸ ਫੇਸ ਕਰ ਰਹੇ ਨੇ, ਔਰ ਜੋ ਸਾਡੀਆਂ ਬੱਚੀਆਂ ਦਾ ਸ਼ੋਸ਼ਣ ਹੋ ਰਿਹਾ। ਅਤੇ ਮੈਂ ਅੱਜ ਆਪਣੇ ਮੀਡੀਆ ਰਾਹੀਂ ਪੰਜਾਬ ਦੇ ਜਿੰਨੀ ਵੀ ਕਮਿਊਨਿਟੀ ਮੀਡੀਆ ਦੀ ਜਾਂ ਲੋਕ ਉੱਧਰ ਜੁੜੇ ਹੋਏ ਨੇ, ਇੱਕ ਅਪੀਲ ਕਰਨਾ ਚਾਹੁੰਦੀ ਹਾਂ ਕਿ ਜੇ ਸਾਡੀ ਬੱਚੀਆਂ ਨੂੰ ਉੱਧਰ ਉਹਨਾਂ ਦਾ ਸ਼ੋਸ਼ਣ ਹੋ ਰਿਹਾ, ਮਿਸਯੂਜ ਕੀਤਾ ਜਾ ਰਿਹਾ, ਗੰਦੇ ਕੰਮ ਕਰਨ ਵਾਸਤੇ ਮਜਬੂਰ ਕੀਤਾ ਜਾ ਰਿਹਾ, ਜਾਂ ਜਿਹੜੀਆਂ ਵਿਚਾਰੀਆਂ ਇਮੋਸ਼ਨਲੀ ਟੁੱਟ ਵੀ ਜਾਂਦੀਆਂ ਨੇ, ਮਜਬੂਰ ਹੋ ਜਾਂਦੀਆਂ ਨੇ, ਅਤੇ ਮੈਂ ਉੱਧਰ ਜਿਹੜੀਆਂ ਸਮਾਜ ਸੇਵੀ ਸੰਸਥਾਵਾਂ ਨੇ ਜਾਂ ਜਿਹੜੇ ਲੋਕ ਉੱਧਰ ਵੈਲ ਸੈਟਲਡ ਨੇ, ਉਹਨਾਂ ਨੂੰ ਅਪੀਲ ਕਰਦੀ ਹਾਂ ਕਿ ਜਾਂ ਤਾਂ ਉੱਧਰ ਦੀ ਹਾਈ ਕਮਿਸ਼ਨ ਦੇ ਥਰੂ ਤੁਸੀਂ ਮਦਦ ਲਈ ਗੁਹਾਰ ਲਗਾਓ, ਸਾਡੇ ਥਰੂ ਵੀ ਤੁਸੀਂ ਸਾਨੂੰ ਵੀ ਅਪੀਲ ਕਰ ਸਕਦੇ ਹੋ, ਆਪਾਂ ਵੀ ਵਿਦੇਸ਼ ਮੰਤਰਾਲੇ ਥਰੂ ਤੁਹਾਡੀ ਹੈਲਪ ਕਰਨ ਦੀ ਕੋਸ਼ਿਸ਼ ਕਰਾਂਗੇ। ਪਰ ਇਹ ਜੋ ਹੋ ਰਿਹਾ ਬਹੁਤ ਦੁਖਦ ਹੈ, ਸਾਡੀ ਬੱਚੀਆਂ ਲਈ ਬਹੁਤ ਦੁਖਦ ਹੈ, ਸਾਡੇ ਪੰਜਾਬ ਲਈ ਬਹੁਤ ਦੁਖਦ ਹੈ। ਔਰ ਇੱਕ ਮੈਸੇਜ ਵੀ ਹੈ ਜੋ ਮੈਂ ਅੱਜ ਆ ਕੇ ਜਿਹੜੀ ਕੈਨੇਡੀਅਨ ਦੀ ਜਿਹੜੀ ਹੈ ਰਿਪੋਰਟ ਬਾਜ਼ਾਰ, ਕੈਨੇਡੀਅਨ ਬਾਜ਼ਾਰ ਉੱਧਰ ਦਾ ਇੱਕ ਪ੍ਰੋਮੀਨੈਂਟ ਨਿਊਜ਼ ਪੇਪਰ ਹੈ, ਉਹਦੀ ਇਹ ਰਿਪੋਰਟ ਤੁਹਾਡੇ ਨਾਲ ਸ਼ੇਅਰ ਕਰ ਰਹੀ ਹਾਂ। ਅਤੇ ਇਹ ਮਾਮਲਾ ਬੜਾ ਸੰਜੀਦਾ ਹੈ, ਮੇਰੀ ਗੁਜ਼ਾਰਿਸ਼ ਹੈ ਪੇਰੈਂਟਸ ਨੂੰ ਕਿ ਜੇ ਤੁਸੀਂ ਆਪਣੇ ਬੱਚਿਆਂ ਨੂੰ ਕੌਨਫੀਡੈਂਸ 'ਚ ਲਓ, ਹੋਰ ਪੂਰਾ ਸਪੋਰਟ ਸਿਸਟਮ ਜੇ ਬੱਚਿਆਂ ਨੂੰ ਤੁਸੀਂ ਮਨ ਬਣਾ ਹੀ ਲਿਆ ਬਾਹਰ ਭੇਜਣ ਦਾ, ਭੇਜਦੇ ਹੀ ਹੋ, ਇੱਕ ਪੂਰਾ ਸਪੋਰਟ ਸਿਸਟਮ ਇਮੋਸ਼ਨਲੀ ਬੱਚਿਆਂ 'ਤੇ ਨਜ਼ਰ ਵੀ ਰੱਖੋ ਔਰ ਉਹਨਾਂ ਦੇ ਨਾਲ ਵੀ ਜੁੜੇ ਰਹੋ। ਉਸੇ ਤਰ੍ਹਾਂ ਉੱਧਰ ਦੇ ਬੱਚਿਆਂ ਨੂੰ ਅਪੀਲ ਹੈ, ਬੇਟੀਆਂ ਨੂੰ ਅਪੀਲ ਹੈ, ਜੇ ਤੁਸੀਂ ਫੇਸ ਕਰ ਰਹੀਆਂ ਹੋ ਇੱਦਾਂ ਦੀ ਪ੍ਰੋਬਲਮ ਔਰ ਇਸ ਦਲਦਲ 'ਚੋਂ ਨਿਕਲਣਾ ਚਾਹੁੰਦੀਆਂ ਹੋ, ਖਾਸ ਤੌਰ 'ਤੇ 18 ਤੋਂ 24 ਸਾਲ ਦੀ ਕੁੜੀਆਂ ਨੇ, ਔਰ ਇਹ ਜਿਹੜਾ ਮੈਂਸ਼ਨ ਮੈਡੀਕਲ ਰਿਪੋਰਟ ਕੀਤੀ ਗਈ ਹੈ, ਇਹ ਬਹੁਤ ਦੁਖਦ ਹੈ। ਸਾਡੇ ਨਾਲ ਕੰਟੈਕਟ ਕਰੋ, ਉਮੀਦ ਕਰਦੀ ਹਾਂ ਆਉਣ ਵਾਲੇ ਸਮੇਂ 'ਚ ਇਹ ਚੀਜ਼ਾਂ ਦੀ ਤਰਫ ਉੱਧਰ ਦੀ ਗਵਰਨਮੈਂਟ ਜਾਂ ਉੱਧਰ ਦੇ ਜਿਹੜੇ ਇੰਡੀਅਨ ਸੁਸਾਇਟੀ ਦੇ ਲੋਕ ਨੇ, ਜਿਹੜੀਆਂ ਗੈਰ ਸਮਾਜ ਸੇਵੀ ਸੰਸਥਾਵਾਂ ਨੇ ਜੁੜੀਆਂ ਹੋਈਆਂ ਨੇ, ਸਾਡੀ ਹੈਲਪ ਕਰਨਗੀਆਂ ਔਰ ਮੇਰੀ ਅਪੀਲ 'ਤੇ ਗੌਰ ਕਰਨਗੀਆਂ। ਥੈਂਕ ਯੂ।